ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ। ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ? ਅਤੇ ਕੱਲ੍ਹ ਟੈਸਟ ਕਰਦੇ ਸੀਗੇ ਅਤੇ ਆਹ ਆਲੂ ਦਾ ਆਪਾਂ ਕਰਿਆ ਨਹੀਂ ਸੀਗਾ। ਇਹ ਜੋਤੀ ਆ ਆਪਣਾ ਇੱਥੇ ਚਮਿੰਡੇ ਪਿੰਡ 'ਚ, ਇਹਦਾ ਹੁਣ ਦੇਖੀਏ। ਮੈਂ ਕਿਹਾ ਵੀ ਇਹਦਾ ਵੀ ਦੇਖ ਲਈ ਇੱਕ ਵਾਰ, ਝਾੜ ਝੂੜ ਕੀ ਆ ਰਿਹਾ, ਫਿਰ ਚਲੋ ਅੰਦਾਜ਼ਾ ਜਿਹਾ ਹੋ ਜਾਂਦਾ। ਟੈਸਟ ਤਾਂ ਹੁਣ ਦਿਨੇ ਕਰਾਂਗੇ, ਇੱਕ ਵਾਰ ਪੱਟ ਕੇ ਦੇਖ ਲੈਂਦੇ ਹਾਂ ਵੀ ਕੀ ਬਣਿਆ ਹੋਇਆ ਸਹਿਜ ਮਾਹੌਲ। ਆਲੂ ਤਾਂ ਗਿੱਲਾ ਹੀ ਆ, ਚਲੋ ਪਾਣੀ ਤਾਂ ਆਲੂ ਦਾ ਵਧੀਆ ਬਣ ਗਿਆ ਯਾਰ। ਇਹ ਵੀ ਉਹਦੇ ਨਾਲੋਂ ਥੋੜ੍ਹਾ ਜਿਹਾ ਡਾਊਨ ਹੋ ਸਕਦਾ ਹਜੇ, ਕਿਉਂਕਿ ਉਹਦੇ ਨਾਲੋਂ ਇੱਕ ਅੱਧਾ ਦਿਨ ਪਿੱਛੇ ਸੀਗਾ ਮੈਨੂੰ ਲੱਗਦਾ। ਠੀਕ ਆ, ਇਹਦਾ 5 ਕੁ ਕਿਲੋ ਮੈਨੂੰ ਲੱਗਦਾ ਆਜੂ ਝਾੜ। ਸਟੈਪ ਟੈਸਟ ਜੇ ਕਰਾਂਗੇ ਅੱਜ, ਇਹਦਾ ਕਰਦੇ ਹਾਂ ਸਟੈਪ ਟੈਸਟ, ਇਹਦਾ ਵੀ ਦੇਖਦੇ ਹਾਂ ਫਿਰ। ਪਾਣੀ ਤਾਂ ਨਹੀਂ ਹੁਣ ਲਾਉਣਾ, ਪਾਣੀ ਨਹੀਂ ਹੁਣ ਲਾਉਣ ਦੀ ਲੋੜ। ਆਪਣੇ ਕੋਲ ਨਾ ਬੀਜ ਘੱਟ ਗਿਆ ਸੀਗਾ ਇਹ ਖੇਤ ਦਾ, ਕਿ ਪੂਰੇ ਨਹੀਂ ਸੀ ਹੋਏ ਆਪਣੇ ਕੋਲ ਇਹ ਖੱਤੇ, ਕਿਉਂਕਿ 6 ਕਿੱਲੇ ਦਾ ਪਲੋਟ ਆ ਸਾਰਾ, 6 ਕਿੱਲੇ ਦਾ ਪਲੋਟ, ਇਹਦੀਆਂ ਡੰਡੀਆਂ ਰਹਿ ਗਈਆਂ ਸੀ। ਡੰਡੀਆਂ 'ਤੇ ਫਿਰ ਆਪਾਂ ਲਾਲ ਆਲੂ ਕਰੋਡਾ ਲਾਇਆ ਹੋਇਆ ਵਾ, ਡੰਡੀਆਂ 'ਤੇ ਕਰੋਡਾ ਲਾਤਾ ਸੀ, ਅਤੇ ਉੱਧਰੋਂ ਥੋੜ੍ਹੀਆਂ ਜਿਹੀਆਂ ਵੱਟਾਂ ਗਿਣਤੀ ਦੀਆਂ ਰਹਿ ਗਈਆਂ ਸੀਗੀਆਂ ਬੀਜਣ ਤੋਂ। ਅਤੇ ਇੱਧਰ ਖੜ੍ਹਾ ਆਪਣਾ ਐਲ ਆਰ ਆਲੂ, ਅਤੇ ਇਹ ਵੀ ਅਗੇਤਾ ਲੱਗਿਆ ਹੋਇਆ, ਇਹ ਵੀ ਸਹਿਜ ਸੁਵਿਧਾ ਬਣਿਆ ਪਿਆ। ਅਤੇ ਹੁਣ ਦੇਖਦੇ ਹਾਂ, ਜੇ ਤਾਂ ਮੀਂਹ ਪੈ ਜਾਵੇ ਤਾਂ ਚਲੋ ਠੀਕ ਆ, ਨਹੀਂ ਫਿਰ ਜਿਹੜੇ ਜਿਹੜੇ ਆਲੂਆਂ ਨੂੰ ਪਾਣੀ ਚੱਲਦਾ ਹੀ ਚੱਲਦਾ ਵਾ, ਸਾਰੇ ਪਾਸੇ ਪਾਣੀ ਲਾਈ ਜਾਂਦੇ ਹਾਂ ਜਿੱਧਰ ਜਿੱਧਰ ਲੋੜ ਆ, ਜਿਹੜੇ ਲੇਟ ਆਲੂ। ਅਤੇ ਆਹ ਦੇਖੋ 6 ਕਿੱਲੇ ਦੇ ਪਲਾਟ 'ਚੋਂ ਮੈਨੂੰ ਲੱਗਦਾ 1.5 ਕੁ ਕਿੱਲਾ ਕਰੋਡਾ ਆਲੂ ਦਾ ਬੀਜਿਆ ਉਹ, ਜਿਵੇਂ ਉਹ ਆਡੀ ਦੀਆਂ ਬੈਟਲ ਵੇਲਾਂ। ਇੱਧਰ ਆਪਣਾ ਐੱਲ ਆਰ ਖੜ੍ਹਾ ਸਾਰਾ, ਉਹ ਉੱਪਰ ਵੀ ਐੱਲ ਆਰ ਹੀ ਖੜ੍ਹਾ। ਇੰਨਾ ਠੰਡਾ ਪਾਣੀ ਸੀ ਨਾ, ਓਹੋ ਹੱਥ ਟੁੱਟ ਗਏ ਭਰਾਵੋ, ਕਿਉਂਕਿ ਮੋਟਰਾਂ ਬੰਦ ਆ ਕਿੰਨੇ ਟਾਈਮ ਦੀਆਂ, ਆਲੂ ਦੇ ਵਿੱਚ ਪਾਣੀ ਖੜ੍ਹਾ ਸੀਗਾ, ਇੰਨਾ ਜ਼ਿਆਦਾ ਠੰਡਾ ਸੀ, ਓਹੋ ਹੱਥ ਟੁੱਟ ਗਏ। ਜਿਹੜੀਆਂ ਸਖ਼ਤ ਕਰੋਪਾਂ ਨੇ ਉਹਨਾਂ ਨੂੰ ਵੀ ਈਜ਼ੀਲੀ ਵੱਢਣ ਦੀ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਆ, ਉਹਦੇ ਵਿੱਚ ਵੀ ਆਪਾਂ ਵਧੀਆ ਚੀਜ਼ ਦੇਣ ਦੀ। ਅਗਲੇ ਪਾਸੇ ਹੁਣ ਤਾਂ ਕੁਛ ਕੁ ਲੋਕਲ ਕੰਬਾਈਨਾਂ 'ਚ ਵੀ ਸ਼ਾਇਦ ਇਹ ਚੀਜ਼ ਆਉਣ ਲੱਗ ਗਈ, ਬਟ ਇੰਡੀਆ 'ਚ ਪਹਿਲੇ ਅਸੀਂ ਸੀ ਜਿਨ੍ਹਾਂ ਨੇ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਨਰਲੀ ਫੀਡਰ ਅਤੇ ਥਰੈਸ਼ਰ ਦੇ ਵਿੱਚ ਥੱਲੇ ਸਟੋਨ ਟਰੈਪ ਦੀ ਪਲੇਟ ਦਿੱਤੀ ਸੀ ਵੀ ਕੋਈ ਵੀ ਜੇ ਭਾਰੀ ਚੀਜ਼ ਆਵੇ ਜਦੋਂ ਫੀਡਰ ਤੋਂ ਅੰਦਰਲੇ ਪਾਸੇ ਥਰੈਸ਼ਰ ਨੂੰ ਜਾਵੇ ਉਹਦੇ ਵਿੱਚ ਗੈਪ ਰੱਖ ਕੇ ਸਟੋਨ ਟਰੈਪ ਦੀ ਕੋਸ਼ਿਸ਼ ਵੀ ਉਹ ਥੱਲੇ ਡਿੱਗ ਜਾਵੇ ਅਤੇ ਜਿਹੜਾ ਥਰੈਸ਼ਰ ਦੇ ਵਿੱਚ ਜਾ ਕੇ ਨਾ ਵੱਜੇ ਅਤੇ ਥਰੈਸ਼ਰ ਦੇ ਵਿੱਚ ਜਾ ਕੇ ਨਾ ਵੱਜੇ ਅਤੇ ਜਾ ਕੇ ਨੁਕਸਾਨ ਥਰੈਸ਼ਰ ਦਾ ਲਾ ਕੇ। ਸੋ ਇਹ ਵੀ ਇੱਕ ਕੰਪੀਟੀਸ਼ਨ ਨਾਲੋਂ ਆਪਾਂ ਐਡਵਾਂਸ ਫੀਚਰ ਦੇਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਮੈਨੂੰ ਪਤਾ ਨਹੀਂ ਵੀ ਕਿਹੜੇ ਕਿਹੜੇ ਲੋਕਲ ਬ੍ਰਾਂਡਸ ਦੇ ਵਿੱਚ ਵੀ ਆਹ ਫੀਚਰ ਆਉਣ ਲੱਗ ਗਿਆ, ਸ਼ਾਇਦ ਕਈਆਂ 'ਚ ਆਉਂਦਾ ਵੀ ਹੋਵੇ ਕਈਆਂ 'ਚ ਨਾ, ਬਟ ਅਸੀਂ ਇਹ ਸ਼ੁਰੂਆਤ ਕੀਤੀ ਸੀ ਅਤੇ ਅੱਜ ਵੀ ਦੇ ਰਹੇ। ਅੱਗੇ ਜੀ ਆਪਾਂ ਜੇ ਥਰੈਸ਼ਰ ਦੀ ਗੱਲ ਕਰੀਏ, ਜਨਰਲੀ ਜਿੰਨੀਆਂ ਵੀ ਲੋਕਲ
ਸਿੰਗਲ ਥਰੈਸ਼ਰ ਤੇ ਬੀਟਰ ਦੇ ਨਾਲ ਹੁੰਦੀਆਂ ਸੀ ਪਹਿਲਾਂ। ਸੋ ਆਪਾਂ ਜਦੋਂ 2017 ਚ ਕੰਬਾਈਨ ਲਾਂਚ ਕੀਤੀ ਸੀ ਉਦੋਂ ਪਹਿਲੀ, ਹੁਣ ਤਾਂ ਇੱਥੇ ਦੋ ਤਿੰਨ ਬ੍ਰੈਂਡਾਂ ਨੇ ਟੈਸਟਿੰਗ ਟੁਸਟਿੰਗ ਕਰ ਰਹੇ ਨੇ, ਸ਼ਾਇਦ ਉਹ ਵੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਆਪਾਂ ਪਹਿਲੀ ਇੰਡੀਆ ਦੀ ਡਬਲ ਥਰੈਸ਼ਰ ਵਾਲੀ ਮਸ਼ੀਨ ਦਿੱਤੀ ਸੀ। ਬੇਸਿਕਲੀ ਇਹਦੇ ਵਿੱਚ ਪਹਿਲਾਂ ਜਿਹੜਾ ਤੁਹਾਡਾ ਨੋਰਮਲ ਥਰੈਸ਼ਰ ਹੁੰਦਾ ਕਣਕ ਵਾਲਾ, ਥਰੈਸ਼ਰ ਤੋਂ ਬਾਅਦ ਬੀਟਰ ਤੇ ਬੀਟਰ ਤੋਂ ਬਾਅਦ ਇੱਕ ਸੈਕਿੰਡ ਥਰੈਸ਼ਰ ਆ ਵੀ ਲੱਗਿਆ ਹੁੰਦਾ। ਸੋ ਇਹਦੇ ਨਾਲ ਦਾਣੇ ਦੀ ਥੋੜ੍ਹੀ ਜਿਹੀ ਜ਼ਿਆਦਾ ਸਫਾਈ ਤੁਹਾਨੂੰ ਝੋਨੇ ਵਗੈਰਾ ਤੇ ਜਾਂ ਮੱਕੀ ਵਗੈਰਾ ਤੇ ਤੇ ਜ਼ਿਆਦਾ ਆਊਗੀ। ਉਹਦੇ ਵਾਸਤੇ ਪਹਿਲਾਂ ਡਬਲ ਥਰੈਸ਼ਰ ਵਾਲੇ ਆਪਾਂ ਦਿੱਤੀ ਸੀ। ਇਸ ਤੋਂ ਬਾਅਦ ਜਿਹੜੀ ਰੇਂਜ ਆਫ ਥਰੈਸ਼ਰ ਇਹ ਬਹੁਤ ਜ਼ਿਆਦਾ ਸੋਹਣੀ ਦਿੱਤੀ ਸੀ ਅਸੀਂ, ਵੀ ਤੁਸੀਂ ਹਲਕੀ ਤੋਂ ਹਲਕੀ ਕਰੋਪ ਤੋਂ ਲੈ ਕੇ ਭਾਰੀ ਤੋਂ ਭਾਰੀ ਕਰੋਪ ਲਈ ਵੀ ਰੇਂਜ ਬਹੁਤ ਵੱਡੀ ਦਿੱਤੀ ਸੀ। ਜਨਰਲੀ ਲੋਕਲ ਕੰਬਾਈਨਾਂ ਤੁਸੀਂ 550 ਤੋਂ ਲੈ ਕੇ 950 RPM ਤੱਕ ਥਰੈਸ਼ਰ ਦੀਆਂ ਸਪੀਡਾਂ ਚੇਂਜ ਕਰ ਸਕਦੇ ਸੀ। ਸੋ ਆਪਾਂ 350-450 ਤੋਂ ਲੈ ਕੇ 1000 RPM ਤੱਕ ਰੇਂਜ ਦਿੱਤੀ ਸੀ, ਵੀ ਜੇ ਤੁਸੀਂ ਕੱਲ੍ਹ ਨੂੰ ਕਿਸੇ ਹੋਰ ਸਟੇਟ ਦੇ ਵਿੱਚ ਵੀ ਜਾਂਦੇ ਹੋ ਤਾਂ ਉੱਥੇ ਜਾ ਕੇ ਕਿਸੇ ਹੋਰ ਕਰੋਪ ਦੇ ਉੱਤੇ ਵੀ ਵਾਢੀ ਕਰਨ ਦੀ ਕੋਸ਼ਿਸ਼ ਕਰਦੇ ਹੋ, ਸੋ ਦੈਟ ਵੀ ਉਹਦੇ ਵਿੱਚ ਤੁਹਾਨੂੰ ਕੋਈ ਖਾਸ ਦਿੱਕਤ ਆਉਣ। ਸੋ ਸਭ ਤੋਂ ਲੰਬੀ RPM ਦੀ ਰੇਂਜ ਥਰੈਸ਼ਰ ਦੀ, ਅਤੇ ਉਹਦੇ ਨਾਲ ਨਾਲ ਕੀ ਨਾਮ ਆ ਟੋਟਲੀ ਮੋਟਰ 'ਤੇ ਥਰੈਸ਼ਰ ਆਪਾਂ DS ਪਹਿਲਾਂ ਦਿੱਤਾ ਸੀ। ਹੁਣ ਜੀ ਜੇ ਥਰੈਸ਼ਰ ਦੀ ਗੱਲ ਹੋ ਰਹੀ ਉਹਦੇ ਨਾਲ ਨਾਲ ਆਪਾਂ ਕਨਕੇਵ ਦਾ ਵੀ ਦੇਖ ਲਈਏ। ਬੇਸਿਕਲੀ ਤਿੰਨ ਤਰੀਕੇ ਦੀਆਂ ਕਨਕੇਵਾਂ ਅਸੀਂ ਦਿੰਦੇ ਹਾਂ ਮਸ਼ੀਨ ਦੇ ਨਾਲ, ਇੱਕ ਜੀ ਕਣਕ ਵਾਲੀ, ਦੂਸਰੀ ਜੀ ਝੋਨੇ ਵਾਲੀ, ਤੀਸਰੀ ਮੱਕੀ ਵਾਲੀ। ਨਾਲ ਕੰਬਾਈਨ ਦੇ ਅਸੀਂ ਕਣਕ ਅਤੇ ਝੋਨੇ ਦੇ ਦਿੰਦੇ ਹਾਂ। ਜੇ ਤੁਸੀਂ ਮੱਕੀ ਵੀ ਹਾਰਵੈਸਟ ਕਰਦੇ ਹੋ ਤਾਂ ਉਹਦੇ ਲਈ ਸਪੇਅਰ ਪਾਰਟਸ ਦੇ ਵਿੱਚ ਸਾਡੀ ਇੱਕ ਮੱਕੀ ਵਾਲੀ ਕਣਕੇਵ ਵੱਟ ਆਉਂਦੀ ਹੈ, ਥਰੈਸ਼ਰ ਕਣਕ ਵਾਲਾ ਹੀ ਚੱਲਦਾ। ਸੋ ਤੁਸੀਂ ਉਹ ਵੀ ਨਾਲ ਯੂਜ਼ ਕਰ ਸਕਦੇ ਹੋ। ਸੋ ਬੇਸਿਕਲੀ ਕੰਬਾਈਨ ਦੇ ਨਾਲ ਤਿੰਨ ਤਰੀਕੇ ਦੀਆਂ ਕਣਕੇਵਾਂ ਆਉਂਦੀਆਂ ਨੇ, ਮੱਕੀ, ਕਣਕ ਅਤੇ ਝੋਨੇ ਵਾਸਤੇ। ਇਹ ਬਹੁਤ ਜ਼ਰੂਰੀ ਸੀ ਜਿਹੜੀ ਚੀਜ਼ ਦੇ ਬਾਰੇ ਆਪਾਂ ਹੁਣ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ। ਜਨਰਲੀ ਲੋਕਲ ਕੰਬਾਈਨਰ 'ਚ ਕੀ ਹੁੰਦਾ ਸੀ ਕਿ ਜਦੋਂ ਸੀਟ ਬੈਲਟ ਹੈ, ਸੀਟ ਬੈਲਟ ਤੋਂ ਸਿੱਧਾ ਉੱਪਰਲੀ ਸੀਕ ਆਉਂਦੀ ਸੀ, ਥੱਲੜੀ ਸੀਕ ਆਉਂਦੀ ਸੀ। ਸੋ ਇਹਦੇ ਵਿੱਚ ਵੀ ਅਸੀਂ ਥੋੜ੍ਹੀ ਜਿਹੀ ਕਲੀਨਿੰਗ ਐਫੀਸ਼ੈਂਸੀ ਨੂੰ ਵਧਾਉਣ ਵਾਸਤੇ ਕੋਸ਼ਿਸ਼ ਕੀਤੀ ਸੀ ਵੀ ਕੁਛ ਨਾ ਕੁਛ ਦਿੱਤਾ ਜਾਵੇ। ਸੋ ਅਸੀਂ ਤਿੰਨ ਸੀਕਾਂ ਦਿੰਦੇ ਹਾਂ, ਸੀਟ ਬੈਲਟ ਤੋਂ ਪ੍ਰੀ ਸੀਕ ਤੋਂ ਮੇਨ ਸੀ। ਸੋ ਜਿੱਦਾਂ ਆਪਾਂ ਕਾਸਕੇਡ ਆਪਾਂ ਛੱਜ ਦਾ ਛੱਟਾ ਹੁੰਦਾ ਅਤੇ ਜਿਹੜਾ ਛੱਜ ਦਾ ਛੱਟਾ ਲੋਕਲ ਕੰਬਾਈਨ 'ਚ ਇੱਕ ਵਾਰੀ ਹੁੰਦਾ, ਆਪਣੇ ਇੱਥੇ ਦੋ ਵਾਰੀ ਹੁੰਦਾ। ਪਹਿਲਾਂ ਪ੍ਰੀ ਸੀਕ 'ਤੇ ਆਉਂਦਾ, ਫਿਰ ਪ੍ਰੀ ਸੀਕ ਤੋਂ ਮੇਨ ਸੀਕ 'ਤੇ ਜਾਂਦਾ। ਸੋ ਵੀ ਦੋ ਵਾਰੀ ਛੱਟਿਆ ਜਾਂਦਾ ਜਾਣਾ ਵੀ ਜਿਹਦੇ ਨਾਲ ਸਫਾਈ ਜ਼ਿਆਦਾ ਆਵੇ, ਅਤੇ ਉਹਦੇ ਵਿੱਚ ਦੇਣ ਵਾਸਤੇ ਪ੍ਰੀ ਸੀਕ ਦਿੱਤੀ ਸੀ ਵੀ ਤਿੰਨ ਸੀਕਾਂ ਅਤੇ ਦੋ ਵਾਰੀ ਛੱਡ ਤੋਂ ਗੱਲ ਛੱਟ ਜੇ, ਤਾਂ ਕਰਕੇ ਇਹ ਵੀ ਅਸੀਂ ਥੋੜ੍ਹਾ ਜਿਹਾ ਡਿਫਰੈਂਟ ਕੰਪੀਟੀਸ਼ਨ ਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹਦੇ ਨਾਲ ਥੋੜ੍ਹੀ ਜਿਹੀ ਸਫਾਈ ਬਿਹਤਰ ਆਵੇ। ਹਾਂਜੀ ਵੀਰ ਜੀ, ਇਹ ਆਪਣੀ ਨਿਊ ਹਾਲੈਂਡ ਦੀ ਜਿਹੜੀ ਇਹਨੇ ਨਵੀਂ ਕੰਬਾਈਨ ਲਾਂਚ ਕਰੀ ਅੱਜ, ਇਹ ਹੈਗੀ ਆ ਸਿੰਗਲ ਥਰੈਸ਼ਰ, ਠੀਕ ਨਹੀਂ। ਅਤੇ ਇਹਦੇ ਵਿੱਚ ਜੋ ਜੋ ਚੀਜ਼ਾਂ ਦਾ ਫਰਕ ਪਾਇਆ ਵਾ ਉਹ ਵੀਰਾ ਦੱਸਦਾ ਵਾ, ਨਵਦੀਪ ਵੀਰਾ, ਵੀ ਜਿਹੜੀ ਜਿਹੜੀਆਂ ਚੀਜ਼ਾਂ ਚੇਂਜ ਹੋਈਆਂ ਨੇ ਉਹ ਵੀਰਾ ਦੱਸ ਦੂਗਾ। ਹਾਂਜੀ ਵੀਰੇ, ਕੀ ਬਦਲਾਅ ਪਾਇਆ ਇਹਦੇ ਵਿੱਚ? ਇਹਦੇ ਵਿੱਚ ਇਹ ਸਿੰਗਲ ਥਰੈਸ਼ਰ ਕਰਤੀ ਹੈ ਜੀ। ਆਪਾਂ ਜਿਵੇਂ ਮੰਨ ਲਓ ਪਹਿਲਾਂ ਡਬਲ ਆਉਂਦੀ ਸੀਗੀ, ਹਾਂਜੀ, ਅਤੇ ਕੰਪਨੀ ਨੇ ਕੀ ਕੀਤਾ ਵੀ ਹੁਣ ਇੱਕ ਆਪਾਂ ਨੂੰ ਸਿੰਗਲ ਥਰੈਸ਼ਰ 'ਚ ਮਸ਼ੀਨ ਕੱਢਤੀ। ਜਿਵੇਂ ਕੁਛ ਕਸਟਮਰ ਡਿਮਾਂਡ ਸੀਗੀ ਵੀ ਆਪਾਂ ਨੂੰ ਸਿੰਗਲ ਥਰੈਸ਼ਰ 'ਤੇ ਚਾਹੀਦੀ ਆ ਮਸ਼ੀਨ, ਅਤੇ ਇੱਕ ਆਪਣਾ ਜਿਹੜਾ ਇੰਜਨ ਕਰਤਾ ਜੀ 130 HP ਦਾ ਲੇਲੈਂਡ ਦਾ ਜੀ, CRD, ਠੀਕ ਹੈ। ਬਾਕੀ ਇਹ ਕੰਬਾਈਨ ਦੇ ਵਿੱਚ ਨਿਊ ਮਸ਼ੀਨ ਆ ਜੀ, ਇਹਦੇ ਵਿੱਚ ਹੋਰ ਵੀ ਆਪਾਂ ਕਾਫੀ ਚੇਂਜਸ ਕੀਤੇ ਹੋਏ ਆ, ਉਹ ਤੁਹਾਨੂੰ ਇੱਕ ਵਾਰੀ ਆ ਜਾਓ ਅਸੀਂ ਦੱਸ ਦਿੰਦੇ ਹਾਂ।
ਪਹਿਲਾਂ ਮਸ਼ੀਨ ਉਸ ਤੋਂ ਬਾਅਦ ਆਪਣੇ ਉੱਪਰ ਹੈਗਾ ਡੈਸ਼ਬੋਰਡ ਦੇ ਉੱਪਰ ਵੀ ਚੱਲ ਚੱਲਦੇ ਹਾਂਜੀ ਵੀਰੇ ਹਾਂਜੀ ਡੈਸ਼ਬੋਰਡ ਦੇ ਉੱਪਰ ਹੁਣ ਆਪਣੇ ਜਿਵੇਂ ਇੰਜਨ ਆਪਣਾ ਚੇਂਜ ਹੋਇਆ ਜਿਵੇਂ ਸੀ ਆਰ ਡੀ ਦਾ ਕੀਤਾ ਲੇਲੈਂਡ ਦਾ ਹਾਂਜੀ ਉਹਦੇ ਵਿੱਚ ਆਪਾਂ ਨੂੰ ਮੀਟਰ ਦੇ ਤਾ ਸੀ ਇਹਦੇ ਉੱਪਰ ਮੀਟਰ ਆ ਗਿਆ ਸੀ ਆਰ ਡੀ ਦਾ ਇੰਜਨ ਦਾ ਜਿਹੜਾ ਵੀ ਜਿੰਨਾ ਵੀ ਹੋਊਗਾ ਸਿਸਟਮ ਆਪਾਂ ਨੂੰ ਇੱਥੇ ਸ਼ੋ ਹੋਊਗਾ ਇਹਦੀ ਵੀ ਰੇਸ ਹੁਣ ਵੀਰੇ ਬਟਨ ਤੇ ਹੀ ਵਧਿਆ ਕਰੂ ਨਾ ਹਾਂਜੀ ਹਾਂਜੀ ਆਰ ਪੀ ਐਮ ਵਗੈਰਾ ਸਾਰੇ ਇੱਕੋ ਹੀ ਸਾਰਾ ਕੁਝ ਉੱਥੇ ਯੂਰੀਆ ਦਾ ਜਿਹੜਾ ਹੈਗਾ ਜਿਹਨੂੰ ਡੈਫ ਬੋਲਦੇ ਆ ਹਾਂਜੀ ਉਹ ਵੀ ਇੱਥੇ ਸ਼ੋ ਹੋਊਗਾ ਸਾਰਾ ਕੁਝ ਮੀਟਰ 'ਚ ਆ ਜਾਇਆ ਕਰੂ ਡੀਜ਼ਲ ਦਾ ਵੀ ਮੀਟਰ 'ਚ ਆ ਜਾਇਆ ਕਰੂ ਹੁਣ ਡੀਜ਼ਲ ਦਾ ਵੀ ਮੀਟਰ 'ਤੇ ਆਊਗਾ ਜੀ ਮੇਨ ਜਿਵੇਂ ਹੁਣ ਆਪਣੇ ਆਰ ਪੀ ਐਮ ਦੀ ਆਪਾਂ ਗੱਲ ਕਰਦੇ ਸੀਗੇ ਬਈ ਪਹਿਲਾਂ ਰੇਸ ਵਾਲਾ ਹੁੰਦਾ ਸੀ ਹਾਂਜੀ ਰੇਸ ਵਾਲਾ ਕੰਮ ਬੰਦ ਹੋ ਗਿਆ ਬਟਨ ਦਾ ਕੰਮ ਆ ਜੀ ਪੈਰ ਵਾਲੀ ਰੇਸ ਹੈਗੀ ਆ ਜਾਨੀ ਕਿ ਜੀ ਹਾਂਜੀ ਇਹਦੇ ਨਾਲ ਬ੍ਰੇਕ ਡਬਲ ਪੈਡਲ ਆ ਨਾ ਇਹਦੇ ਬ੍ਰੇਕ ਡਬਲ ਪੈਡਲ ਹੀ ਹੈ ਜੀ ਜੇ ਇਹਦੇ ਵਿੱਚ ਕਿਸੇ ਨੇ ਏਸੀ ਲੈਣੀ ਹੋਵੇ ਮਿਲ ਜੂ ਹਾਂਜੀ ਹਾਂਜੀ ਸਿੰਗਲ ਥ੍ਰੈਸ਼ਰ ਚ ਸਿੰਗਲ ਥ੍ਰੈਸ਼ਰ ਚ ਦੇਖੋ ਜੀ ਏਸੀ ਨਹੀਂ ਮਿਲਦੀ ਜੀ ਹਜੇ ਤਾਂ ਏਸੀ ਨਹੀਂ ਮਿਲਦੀ ਹੈ ਨਾ ਬਟ ਏਸੀ ਜੇ ਆਪਾਂ ਉਵੇਂ ਲੈਣਾ ਹੋਵੇ ਏਸੀ ਆਪਾਂ ਨੂੰ ਮਿਲ ਜੂ ਦੂਜੇ ਲੋਟ ਵਾਲੀ ਮਿਲ ਹਾਂਜੀ ਫਿਟਡ ਹੋ ਜੂਗਾ ਕੋਈ ਦਿੱਕਤ ਨਹੀਂ ਠੀਕ ਹੈ ਜੀ ਆਪਣੇ ਰੇਸ ਵਾਲੇ ਆ ਗਏ ਸੀਗੇ ਆ ਪੁਆਇੰਟ ਦਿੱਤੇ ਹੋਏ ਆ ਜਿਹੜਾ ਵੀ ਹੌਲੀ ਹੌਲੀ ਰੇਸ ਨੂੰ ਵਧਾਉਣਾ ਜਿਵੇਂ 100 ਆਰ ਪੀ ਐਮ ਆ 200 ਆਰ ਪੀ ਐਮ ਕਰਨੇ 300 ਕਰਨੇ ਹਾਂਜੀ ਇਹਦੇ ਨਾਲ ਜਿੰਨਾ ਆਹ ਬਟਨ ਹੈ ਜਿਹੜਾ ਆਪਾਂ ਇੱਕ ਵਾਰੀ ਆਰ ਪੀ ਐਮ ਸਿਲੈਕਟ ਕਰਤੇ ਇਹ ਜਿਵੇਂ ਕਰੂਜ਼ ਮੋਡ ਲੱਗ ਜਾਂਦਾ ਗੱਡੀ ਦਾ ਉੱਥੇ ਹੀ ਦੁਬਾਰਾ ਸੈੱਟ ਹੋ ਜਾਂਦਾ ਸੇਮ ਉਦਾਂ ਹੀ ਆ ਜੀ ਇਹਦੇ ਠੀਕ ਹੈ ਜੀ ਸਿੰਗਲ ਰੋਡ ਗੇਅਰ ਉਹ ਆਪਣੇ ਰੋਡ ਕਰਤਾ ਜੀ ਗੇਅਰ ਚਾਰ ਗੇਅਰ ਹਾਂਜੀ ਚਾਰ ਗੇਅਰ ਆ ਬੈਕ ਤੋਂ ਨੇ ਪੰਜ ਹੋ ਗਏ ਜੀ ਬੈਕ ਤੋਂ ਨੇ ਪੰਜ ਟੈਨ ਬ੍ਰੇਕ ਆਪਾਂ ਇੱਧਰ ਦੇਤੀ ਜੀ ਐਕਚੁਅਲੀ ਠੀਕ ਹੈ ਵੀਰੇ ਹਾਂਜੀ ਚਲੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਸੀਗੇ ਜਿਹੜੇ ਜਿਹੜੇ ਥ੍ਰੈਸ਼ਰ ਦੀ ਉਹ ਥ੍ਰੈਸ਼ਰ ਆਹ ਸ਼ਾਫਟ ਚ ਹੁੰਦਾ ਸੀ ਨਾ ਵੀਰੇ ਹਾਂਜੀ 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 ਆਹ ਥ੍ਰੈਸ਼ਰ ਜੋ ਆਪਣੇ ਰੋਟਰੀ ਦਾ ਟਰੈਕਟਰ ਹੁੰਦਾ ਸੀਗਾ ਹਾਂ ਦੂਜਾ ਥ੍ਰੈਸ਼ਰ ਬੋਲ ਦਿੰਦੇ ਆ ਇਹ ਆਪਾਂ ਹੁਣ ਇਸ ਤੋਂ ਕੱਢਤਾ ਜੀ ਇਹ ਇੱਕ ਇਹਦੇ ਬੈਨੀਫਿਟ ਹੋਰ ਆ ਜੀ ਆਪਾਂ ਜੇ ਇਹਨੂੰ ਲਾਉਣਾ ਵੀ ਆ ਆਪਾਂ ਲਾ ਵੀ ਸਕਦੇ ਆ ਕੰਪਨੀ ਨੇ ਜਗ੍ਹਾ ਵਗੈਰਾ ਪ੍ਰੋਪਰ ਦਿੱਤੀ ਹੋਈ ਹੈ ਵਿੱਚੋਂ ਸੇਮ ਹੀ ਆ ਵੀ ਜੇ ਕਿਸੇ ਨੇ ਬਾਅਦ ਚੋਂ ਐਡ ਕਰਾਉਣਾ ਹੋਵੇ ਹੋ ਜਾਊ ਬਟ ਉਹਦੇ ਵਿੱਚ ਆਪਾਂ ਨੂੰ ਇੱਕ ਕੰਮ ਹੋਰ ਕਰਨਾ ਪੈਣਾ ਜੀ ਉਹਦੇ ਵਿੱਚ ਜਿਵੇਂ ਕਿ ਆਪਣੇ ਸਟੋਵ ਵਕਰ ਆ ਹਾਂਜੀ ਇਹ ਸਟੋਵ ਵਕਰਾਂ ਦੇ ਕੁਝ ਫੈਕਟ ਹੁੰਦੇ ਆ ਜਿਹੜੇ ਆਪਾਂ ਨੂੰ ਜਦੋਂ ਆਪਣਾ ਰੋਟਰੀ ਜਨਰੇਟਰ ਕੱਢਣਾ ਹੋਊਗਾ ਹਾਂਜੀ ਠੀਕ ਹੈ ਜੀ ਉਦੋਂ ਆਪਾਂ ਨੂੰ ਨਾਲ ਅਟੈਚ ਕਰਨੇ ਪੈਣਗੇ ਜਿਵੇਂ ਕਿ ਇਹਦੇ ਵਿੱਚ ਅਟੈਚ ਆ ਠੀਕ ਹੈ ਕਿਉਂਕਿ ਸਟੋਵ ਵਕਰਾਂ ਦੀ ਲੈਂਥ ਲੰਮੀ ਕਰਨੀ ਪੈਣੀ ਆ ਠੀਕ ਹੈ ਜੀ ਠੀਕ ਹੈ ਜੀ ਕਿਉਂਕਿ ਹੁਣ ਇੱਕ ਬਾਸਕਟ ਹੁੰਦੀ ਸੀਗੀ ਹਾਂ ਬਾਸਕਟ ਆਪਾਂ ਕੱਢਦੀ ਉਹਦੇ ਨਾਲ ਆਪਾਂ ਸਟੋਵ ਵਕਰ ਲੰਬੇ ਹੋ ਗਏ ਠੀਕ ਹੈ ਜੀ ਇਹ ਮੇਨ ਆ ਆਪਣਾ ਜਿਹੜਾ ਰੋਟਰੀ ਜਨਰੇਟਰ ਸਿੰਗਲ ਥ੍ਰੈਸ਼ਰ ਦੀ ਆਪਾਂ ਗੱਲ ਕਰਦੇ ਸੀਗੇ ਜਾਣੀ ਕਿ ਇਹਦਾ ਦੂਜੀ ਮਸ਼ੀਨ ਨਾਲੋਂ 2 ਲੱਖ ਰੁਪਏ ਦਾ ਫਰਕ ਪੈ ਗਿਆ ਨਾ ਵੀ 2 ਲੱਖ ਰੁਪਏ ਘੱਟ ਆ ਹੁਣ ਤੇ ਹੋਰ ਕੀ ਹੈਗਾ ਵੀਰੇ ਫਰਕ ਹੈ ਹੋਰ ਦੱਸ ਟੈਂਕ ਤਾਂ 1 ਲੀਟਰ ਹੀ ਆ ਡੀਜ਼ਲ ਟੈਂਕ ਹਿੱਸਾ ਵੀ ਇੱਕ ਆ ਹੁੱਕ ਵੀ ਯਾਰ ਵੀਰੇ ਤੁਸੀਂ ਵਧੀਆ ਕਰਤੀ ਹੁਣ ਪਹਿਲਾਂ ਨਹੀਂ ਸੀ 19 ਵਧੀਆ ਆਉਂਦੀ ਜਿਹੜੀ ਆਪਣੇ ਕੋਲ ਆ ਪਰ ਇਹਦੀ ਬਹੁਤ ਵਧੀਆ ਹੈਵੀ ਹੁੱਕ ਕਰਦੀ ਹੁਣ ਨਾਲੇ ਖੋਲਦੀ ਕਰਤੀ ਜਿਵੇਂ ਮਰਜ਼ੀ ਟੈਂਕ ਡੀਜ਼ਲ ਹਾਂਜੀ ਉਹ ਇਹਦੀ ਡੈਫ ਯੂਰੀਆ ਵਾਲੀ ਆਹ ਟੈਂਕੀ ਆ ਗਈ ਨਾ ਕਿੰਨੇ ਲੀਟਰ ਦੀ ਆ ਇਹ ਆਹ ਚੀਜ਼ ਕੀ ਲੱਗੀ ਹੈ ਵੀਰੇ ਇਹ ਬਾਈ ਇਹਦਾ
ਹਵਾ ਦਾ ਦਿੱਤਾ ਹੋਇਆ ਜਿਹੜੇ ਆਪਾਂ ਨੂੰ ਹਵਾ ਇੰਜਨ ਦੇ ਵਿੱਚ ਆਪਾਂ ਨੂੰ ਚਾਹੀਦੀ ਹੈ ਹਾਂਜੀ ਫਰੈਸ਼ ਕਰਕੇ ਆਪਣੇ ਇੱਥੇ ਆ ਨਾ ਓਹਦੇ ਥੱਲੇ ਆ ਟੋਲਕੀਆਂ ਲੱਗ ਗਿਆ ਜੀ ਆ ਡੀਜ਼ਲ ਆਪਣਾ ਮੇਨ ਇੱਕ ਚੀਜ਼ ਹੋਰ ਦੇਖੋ ਬਾਈ ਜੀ ਜਿਵੇਂ ਮੰਨ ਲਓ ਆਪਾਂ ਗੱਲ ਕਰਦੇ ਆ ਕੋਈ ਲੋਕਲ ਮਸ਼ੀਨ ਆਪਣੇ ਕੋਲੇ ਉਹਨਾਂ ਤੇ ਸੀ ਆਰ ਡੀ ਇੰਜਨ ਦੀ ਫਿਟਿੰਗ ਵੇਖ ਲਿਓ ਤੇ ਆਪਣੀ ਉਹ ਤਾਂ ਫਰਕ ਤਾਂ ਵੀਰੇ ਹੈਗਾ ਹੀ ਆਪਣੀ ਮਸ਼ੀਨ ਹੁਣ ਇੱਕ ਆਪਣੇ ਬੈਨੀਫਿਟ ਦੇਖੋ ਆਪਣੇ ਕੰਮ ਕਰਨ ਨੂੰ ਇੰਜਨ ਦੇ ਵਿੱਚ ਕਿੰਨੀ ਸਪੇਸ ਆ ਰਹੀ ਇੱਧਰ ਵੀ ਹੈਗੀ ਆ ਜਗ੍ਹਾ ਉੱਧਰ ਵੀ ਹੈਗੀ ਹਾਂਜੀ ਹਾਂਜੀ ਤੇ ਆਪਣੀ ਟੈਂਕ ਵਾਲੀ ਪਲੇਟ ਵੀ ਖੁੱਲਦੀ ਆ ਹਾਂ ਵੀ ਟੈਂਕ ਤੋਂ ਵੀ ਬਹਿ ਕੇ ਬੰਦਾ ਕੰਮ ਕਰਦਾ ਨਾਲੇ ਆਪਣਾ ਟੈਂਕ ਵੀ ਪਲੇਨ ਆ ਉੱਪਰ ਵੀ ਜਿਵੇਂ ਮਰਜ਼ੀ ਮਸ਼ੀਨ ਦੀ ਉਚਾਈ ਵੀ ਬਹੁਤ ਘੱਟ ਆ ਮਗਰੋਂ ਕੁਝ ਫਸਣ ਵਾਲਾ ਹੈ ਹੀ ਨਹੀਂ ਸਹੀ ਹੈ ਜੀ ਹਾਂਜੀ ਇੱਕ ਯਾਰ ਜਿਹੜੀ ਉਹ ਰਾਡ ਜੀ ਦਿਖਾਉਂਦਾ ਸੀ ਲੱਗੀ ਹੋਈ ਉਹ ਇਹਦੇ ਹੈ ਨਹੀਂ ਵੀਰੇ ਹਾਂ ਫੋਟੋ ਦੇ ਵਿੱਚ ਦਿਖਾਈ ਸੀ ਉਹਨਾਂ ਨੇ ਬਾਕੀ ਹੋਰ ਤਾਂ ਕੋਈ ਨਹੀਂ ਵੀਰੇ ਫਰਕ ਜਿਵੇਂ ਆ ਥ੍ਰੈਸ਼ਰ ਵਾਲੀਆਂ ਦਾ ਮੋਟਰਾਂ ਮੋਟਰਾਂ ਸਾਰਾ ਕੁਝ ਸੇਮ ਹੀ ਆ ਅੱਗੇ ਯਾਰ ਵੀਰੇ ਇਹਦਾ ਇੱਥੇ ਵੀ ਉਹ ਸਲਿਪ ਨਟ ਬਹੁਤ ਟੁੱਟਦਾ ਸੀ ਸੇਫਟੀ ਉਹ ਚ ਕੁਝ ਕਰਿਆ ਵਾ ਇਹਦੇ ਵਿੱਚ ਐਕਚੁਅਲੀ ਨਟ ਦੀ ਕੰਪੈਸਟੀ ਵਧਾਤੀ ਪਹਿਲਾਂ 8.8 ਦਾ ਹੁੰਦਾ ਸੀ ਹੁਣ 3.9 ਦਾ ਕਰਤਾ ਓਕੇ ਅਸੀਂ ਉਹਦੇ ਜਿਹੜੀ ਆਪਣੇ ਵਾਲੀ ਮਸ਼ੀਨ ਆ ਉਹਦੇ ਨਟ ਮੋਟਾ ਪਾਇਆ ਹੁਣ ਇਹਨਾਂ ਨੇ ਵੀਰੇ ਚਾਰ ਹੱਬ ਬਣਾਤੇ ਆਪਣੇ ਸਪੇਅਰ ਪਾਰਟ ਦੇ ਵੀ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਆਉਣ ਦਿੰਦੇ ਪੂਰੀ ਸਪੇਅਰ ਪਾਰਟ ਮਿਲੂਗਾ ਜਿੱਥੋਂ ਮਰਜ਼ੀ ਲੈ ਲਓ ਆਵਾਜ਼ ਦੇਖਿਓ ਇੰਜਣ ਦੀ ਕਿੰਨੀ ਸੋਹਣੀ ਆ ਵੀਰੇ ਸਟਾਰਟ ਕਰਿਓ ਸਟਾਰਟ ਕਰਦੇ ਹੋ ਦੇਖ ਲਓ ਗਿਣਦੀ ਆ ਨਾ ਦਾਣੇ ਇਹਦਾ ਕਟਰ ਕੱਢਣਾ ਕਰਨਾ ਪਾਉਣਾ ਇੰਨਾ ਸੌਖਾ ਕੰਮ ਆ ਦੇਖ ਲਓ ਬਸ ਕਟਰ ਕੱਢਣ ਲੱਗਿਆ
ਤੁਹਾਡਾ ਨਾ ਲੋਕ ਲੱਗਿਆ ਹੋਇਆ ਸੀ ਤਾਂ ਨਹੀਂ ਥੱਲੇ ਹੁੰਦਾ ਸੀ। ਹੋਲੈਂਡ ਵਾਲਿਆਂ ਨੇ ਆਹ ਗਿਫਟ ਦਿੱਤਾ ਸੀਗਾ, ਇੱਕ ਤਾਂ ਕਲੋਕ ਦਿੱਤਾ, ਕਲੋਕ ਨੂੰ ਬੜਾ ਸੋਹਣਾ ਵੀ ਕੰਬਾਈਨ ਕਿੰਨੀ ਸੋਹਣੀ ਲੱਗਦੀ ਹੈ ਨਾ ਵਿੱਚ, ਵਧੀਆ ਬਣਾਇਆ ਕਲੋਕ। ਅਤੇ ਇੱਕ ਆਹ ਮੈਨੂੰ ਲੱਗਦਾ ਬਾਬਾ ਜੀ ਦਾ ਸਰੂਪ ਹੋ ਸ਼ਾਇਦ। ਹਾਂਜੀ ਜਾ ਆਏ ਵੀਰੇ ਆਪਾਂ ਮੋਗੇ, ਕੰਬਾਈਨ ਦੇਖ ਆਏ ਹੋਲੈਂਡ ਵਾਲਿਆਂ ਦੀ, ਅਤੇ ਚਲੋ ਵਧੀਆ ਬਣਾਈ ਆ ਉਹਨਾਂ ਨੇ। ਬਸ ਪ੍ਰਾਈਸ ਕਟਿੰਗ ਕੀਤੀ ਆ, ਵੀ ਕਹਿਣ ਦਾ ਮਤਲਬ ਤਾਂ ਇਹੀ ਆ ਅਤੇ ਕਿ ਜ਼ਿਆਦਾਤਰ ਜਿਹੜੇ ਵੀਰਾਂ ਨੂੰ ਹੈ ਸੀਗਾ ਵੀ ਹਾਂ ਵੀ 2,00,000 ਰੁਪਈਆ ਸਸਤੀ ਹੋ ਗਈ ਕੰਬਾਈਨ ਦੂਜੀਆਂ ਮਸ਼ੀਨਾਂ ਦੇ ਨਾਲੋਂ। ਕਿ ਜਿਵੇਂ ਹੁਣ ਅੱਗੇ ਵਿਦਾਊਟ ਏ ਸੀ 34 ਦੀ ਸੀ, ਮੈਨੂੰ ਲੱਗਦਾ ਸ਼ਾਇਦ ਕੋਟ ਕਰਦੇ, ਹੁਣ ਇਹ 32 ਦੀ ਦਿੰਦੇ ਆ, ਇਹ ਵਾਲੀ ਆ ਜਿਹੜੀ ਵਿਦਾਊਟ ਏ ਸੀ ਹੈ ਨਾ। ਅਤੇ ਪਰ ਠੀਕ ਆ, ਕਾਫੀ ਚੀਜ਼ਾਂ ਦੇ ਵਿੱਚ ਵਧੀਆ ਹੈਗੀਆਂ ਨੇ, ਬੈਨੀਫਿਟ ਹੋਣਗੇ, ਲੈਣਾ ਵੀਰੇ ਤੁਹਾਡੀ ਇੱਛਾ। ਜੇ ਕੁਆਲਿਟੀ ਨੂੰ ਪਿਆਰ ਕਰਦੇ ਹੋ ਫਿਰ ਲੈ ਕੇ ਦੇਖਿਓ ਜ਼ਰੂਰ, ਚਲਾ ਕੇ ਫਿਰ ਪਤਾ ਲੱਗ ਜੂ ਵੀਰੇ ਤੁਹਾਨੂੰ ਕਿ ਕਿੱਦਾਂ ਦੀ ਆ, ਹੈ ਨਾ, ਕਿ ਚੀਜ਼ ਵਧੀਆ ਵਾ ਜਾਣੀ ਹੈ। ਇਹੀ ਗੱਲ ਕਿ ਹੈਗੇ ਆ ਵੀਡੀਓ ਬਣਾਈ ਸੀ ਆਪਾਂ ਉੱਥੇ ਜਾ ਕੇ।